अस्सलाम वालेकुम जनाब, मेरे सारे भरावां नूं बेलियां नूं जनाब उन्हां दी खिदमत दे विच सलाम अर्ज़ करना जी। जनाब मंडी दे विचों मैं वापस आ रहा ते उत्थे मैनूं व्यापारियां ने दस्या है कि जी असीं बड़े शुक्रगुजार हाँ कि जी असीं कोड़े तुहाडियां कालां दे उत्ते वेच रहे हाँ, बहुत मेहरबानी थोड़ी, बहुत शुक्रिया। उन्होंने दसिया कि जी सानू आज़ाद कश्मीर के विचों कॉल आई, असी कोड़े उन्होंने दिता, ब्लैक कोड़ा दिता उन्होंने, 1,20,000 रुपए असी मंगते सी, 1,00,000 रुपए का असी दिता। होर भी मैंने दोस्तों ने उत्ते कहा जी असी बहुत शुक्रिया शुक्रगुजार हाँ, तो उन्होंने कहा थोड़ी मेहरबानी, तुसी कोड़े की वीडियो बना दी साड़ी, तो लोग असी नैट के उत्ते हुण वेचन लग पए हैं, बहुत शुक्रिया। तो जनाब यकीन करो मैंने खुशी भी हुई और दुख भी होया इस गल का कि जिहड़े बंदे मेरी वीडियो दे उत्ते घोड़ा लैके जाते हैं, जनाब मैं उन्होंने कोलों कोई ये तो नहीं कहता भी तुसी घोड़ा लैके गया जे तो तुसी हुण पैसे दो, मैं कम से कम तुसी जानवर लेंदे जे तो एक जग एक दफ़ा कमेंट के विच भी तो लिख सकते जे कि जनाब नवाज भाई बड़ी मेहरबानी जनाब, असी घोड़ा लिया जनाब, तो थोड़ी मेहरबानी असी लै घोड़ा, तो बहुत शुक्रिया। तो तुसी तको कि मेरा खून किन्ना वधेगा, मेरा हौसला किन्ना वधेगा, तो मैनू खुशी होगी कि मेरे मैं जरा काम कर रहा उनका मेरे वीरां नूं जरा वो बड़ा फायदा हो रहा है। तो जनाब बस मैं की कह सकना जनाब थानू, एक कमेंट की की औकात है, तो बस इस चीज़ का दुख है कि तुसी दसना भी गवारा नहीं करते कि जी असी घोड़ा लै आए हैं या असी घोड़ा बाबा नवाज लै आंदा, या मेरी इन्नी भी औकात नहीं यार कि तुसी मैनू दस ही सको। मैं तो फिर भी जनाब थोड़े वास्ते दुआ कहूँगा, अल्लाह पाक थानू अपनी हिफ्ज़-ओ-अमान च रखे जनाब, जे अगर तुसी मैनू नहीं दसना चाहते तो अल्लाह थोड़ा फिर भी भला करे जनाब। लो जी माशाल्लाह देखो डांस देखने वास्ते किन्ने बंदे खलोते जी, किन्ने बंदे ने अगर किसे बंदे ने नहीं रख्या ਉਹਨੇ ਦਾ ਡਾਂਸ ਵਖਾਵ ਲਓ ਜੀ, ਇਹ ਵੀ ਬੱਚੇ ਜਿਹੜੇ ਹੈਗੇ ਨੇ
ਛੋਟੇ ਛੋਟੇ ਫੋਰ ਸੇਲ ਹੈਗੇ ਨੇ ਘੋੜੇ, ਅਤੇ ਇਹ ਵੀ ਬੱਚਾ ਚਿਹਰਾ ਨਾ ਫੋਰ ਸੇਲ, ਅਤੇ ਇਹਦੀ ਵੀ ਜ਼ਰਾ ਪੁੱਛਦੇ ਹਾਂ ਅਸੀਂ ਇਹਦੇ ਕਿੰਨੇ ਪੈਸੇ ਜੇ ਬੱਚੇ ਦੇ। ਅੱਗੇ ਵੀ ਬੱਚੇ ਦੇ ਵੇਖਣੇ ਜੀ, ਅਤੇ ਇਹਦੇ ਵੀ ਪੁੱਛਣੇ ਜੀ ਬੱਚੇ ਦੇ ਪੈਸੇ। ਉਰਲੇ ਦਾ 40 ਅਤੇ 35, ਪਰਲੇ ਦਾ 30,000 ਲੋ ਜੀ, 30,000 ਰੁਪਈਆ। ਲਓ ਜੀ, ਲੈ ਜੀ ਉਸਤਾਦ ਹੱਕ ਨਵਾਜ਼, ਇਹਨਾਂ ਦਾ ਨਾਂ ਜੀ ਹੱਕ ਨਵਾਜ਼, ਜਿਹੜੇ ਘੋੜੇ ਨੂੰ ਡਾਂਸ ਕਰਾ ਰਿਹਾ ਨਾ ਜੀ, ਸਿਖਾ ਰਿਹਾ ਹੈ। ਅਤੇ ਜ਼ਰਾ ਅਸੀਂ ਇਹਨਾਂ ਕੋਲ ਵੀ ਇੰਟਰਵਿਊ ਲਵਾਂਗੇ, ਅਤੇ ਅਗਰ ਕਿਸੇ ਨੇ ਡਾਂਸ ਵਗੈਰਾ ਘੋੜੇ ਨੂੰ ਸਿਖਾਉਣਾ ਹੋਵੇ ਤਾਂ ਉਹ ਵੀ ਸ਼ਾਇਦ ਸਿਖਾ ਦਿੰਦੇ ਨੇ, ਅੱਖਾਂ ਬੰਨ ਕੇ ਘੋੜੇ ਨੂੰ ਡਾਂਸ ਕਰਵਾਉਂਦੇ ਨੇ ਜੀ। ਇਹ ਦੇਖੋ ਜੀ, ਅਸਲਾਮ ਵਾਲੇਕੁਮ ਜੀ। ਸਰ ਕੀ ਨਾਮ ਕੀ ਤੁਹਾਡਾ? ਅੱਛਾ ਜੀ, ਆਤੰਕਵਾਦ ਸਰ, ਤੁਸੀਂ ਛੋਟਾ ਜਿਹਾ ਤੁਹਾਡੇ ਕੋਲ ਪੁੱਛਣਾ ਸੀ ਕਿ ਅਮੂਮਨ ਨਹੀਂ ਇੱਥੇ ਮੂੰਹ ਕੋਲੇ ਰੱਖ। ਅੱਛਾ, ਅਮੂਮਨ ਦੇਖਿਆ ਕਿ ਘੋੜੇ ਨੂੰ ਮਾਰ ਕੇ ਨਜਾ, ਹਾਂਜੀ, ਛਾਂਟੇ ਚਾਬਕ ਦਾ ਇਸਤੇਮਾਲ ਕਰਦੇ। ਹਾਂ, ਵੇਖ ਲਓ ਕਿ ਮਾਰਿਆ ਸੀ ਸਭ। ਵੈਸੇ ਮੈਂ ਦੇਖਿਆ ਵੀ ਤੁਸੀਂ ਨਹੀਂ ਮਾਰਿਆ, ਇਹ ਕਿਉਂ ਮਾਰਦੇ? ਉਹ ਕੋਈ ਸਵਾਰ ਮਾਰਦਾ, ਮੈਂ ਵੇਖ ਲਓ ਮਾਰਿਆ ਕੋਈ ਨਹੀਂ। ਤੁਹਾਡੇ ਨਾਲੇਕੀ ਇਹਦੇ ਵਿੱਚ ਤਸਵਰ ਕੀਤੀ ਜਾਂਦੀ ਹੈ ਕਿ ਕੋਈ ਮਾਰ ਘੋੜਾ ਚਲਦਾ, ਕੋਈ ਨਹੀਂ ਚਲਦਾ? ਕੋਈ ਨਹੀਂ ਚਲਦਾ। ਹਾਂ, ਵੈਸੇ ਮਾਰਨਾ ਠੀਕ ਹੈ? ਨਹੀਂ ਮਾਰਿਆ, ਜਿਹੜਾ ਨਾ ਮਾਰ ਮਰੀ ਉਹਨੂੰ ਨਾ ਮਾਰਿਆ, ਜਿਹੜਾ ਨਾ ਮਰੀ ਉਹਨੂੰ ਨਹੀਂ ਮਾਰਿਆ, ਜ਼ਰੂਰ ਹੀ ਮਾਰਨਾ ਹੁੰਦਾ। ਠੀਕ ਹੈ, ਅਤੇ ਅਗਰ ਇਹ ਸਰ ਇੱਕ ਘੋੜਾ ਜਿਹੜਾ ਹੈਗਾ ਬੱਚਾ ਜਿਹੜਾ ਕਿ ਨੱਚਣਾ ਨਹੀਂ ਜਾਣਦਾ, ਕਿੰਨੇ ਸਾਲਾਂ ਦੇ ਵਿੱਚ ਟ੍ਰੇਨ ਹੋ ਜਾਂਦਾ? ਉਹ ਕਮ ਸੇ ਕਮ 2 ਸਾਲ ਲੱਗ ਜਾਂਦੇ। 2 ਸਾਲ ਦੇ ਵਿੱਚ? ਹਾਂਜੀ, ਜ਼ਿਆਦਾ ਅਰਸਾ ਵੀ ਲੱਗ ਜਾਂਦਾ? ਜ਼ਿਆਦਾ ਵੀ ਲੱਗ ਜਾਂਦਾ। ਅਗਰ ਕੋਈ ਬੰਦਾ ਇਹ ਕਹੇ ਕਿ ਸਾਡੇ ਕੋਲ ਘੋੜਾ ਹੈ ਅਤੇ ਸਰ ਇਹਨੂੰ ਜ਼ਰਾ ਟ੍ਰੇਨ ਕਰ ਦਿਓ, ਤਾਂ ਕਿਆ ਤੁਸੀਂ ਕਰ ਦਿਓਗੇ? ਕਰ ਦੇਵਾਂਗੇ। ਅਤੇ ਕੋਈ ਆਪਣਾ ਕੋਈ ਨੰਬਰ ਵਗੈਰਾ ਕੋਈ ਦੱਸੋ? ਨੰਬਰ ਲਿਖ ਲਓ ਜੀ, 0346 0346 0440 0440 98 34 98 34। ਅਤੇ ਕਿਹੜਾ ਇਲਾਕਾ ਵੀਰ? ਜੋਈਆ ਪਿੰਡ ਦੇ ਨਾਲ ਅਠਵਾਲ ਜੀ, ਕੀ ਪਿੰਡ ਹੈ ਜੀ? ਕਿਹੜੀ ਸਾਈਡ? ਨੌ ਪਲਾਟ ਕਾੜੇ ਦੇ ਕੋਲ। ਹਾਂਜੀ, ਠੀਕ ਹੈ ਜੀ, ਬਹੁਤ ਮਿਹਰਬਾਨੀ ਨਵਾਜ਼ ਸਾਹਿਬ ਤੁਹਾਡਾ, ਅਤੇ ਮਾਸ਼ਾਅੱਲਾ ਤੁਸੀਂ ਬੜੇ ਅੱਛੇ ਘੋੜੇ। ਆਪਦਾ ਨੰਬਰ ਦਿਓ ਮੈਨੂੰ, ਮੈਂ ਤੁਹਾਨੂੰ ਨੰਬਰ ਸਾਰਾ ਆਪਣਾ ਮੇਰੇ ਉਹ ਮੇਰਾ ਪੂਰਾ ਫ੍ਰੇਮ ਤਾਂ ਲੈ ਇੱਥੇ, ਬਸ ਮੈਂ ਵਿਛਾਉਂਦਾ ਪਿਆ। ਹਾਂਜੀ ਹਾਂਜੀ, ਇੱਧਰ ਆ ਜਾ ਮੇਰੇ, ਹੁਣ ਤੂੰ ਦੱਸ ਇਹਦੇ 'ਚ ਪਿਆਰ ਹੋਵੇ ਤਾਂ ਕਿੰਨਾ ਕੁਝ ਹੈ? ਜਿੰਨਾ ਕਿ ਤੂੰ ਜਿੰਨਾ ਸਭ ਸਮਝੋ। ਨੰਬਰ ਹੈਗਾ, ਫੋਨ ਨੰਬਰ ਹੈਗਾ ਤੇਰਾ? ਹਾਂਜੀ, ਦੱਸ ਵਿੱਚ ਬੋਲ। 0340 80 82 300 40 80 82 300 88 388 ਲੈ ਜਨਾਬ, ਇੱਧਰ ਬਾਬਾ ਇੱਧਰ ਆ, ਇੱਧਰ ਤਾਂ ਆ ਜਾ, ਤੈਨੂੰ ਲੈਣੇ ਲੈ ਲੈਣੇ ਇੱਧਰ ਆ, ਇੱਧਰ ਆ। ਤੂੰ ਵੀ ਮੇਰੇ ਵਰਗਾ ਬਜ਼ੁਰਗ ਬੰਦਾ, ਇੱਥੇ ਤੇਰਾ ਖਲੋਇਆ ਕਰ, ਮੁੰਡੇ ਬੁੱਢੇ ਬੰਦਾ ਖਲੋਣ ਚੱਲ ਰਿਹਾ, ਤੇਰੀ ਰਹਿਮਤ ਕਰ। ਅਤੇ ਜਨਾਬ ਤੁਸੀਂ ਜਿਹੜਾ ਨਾ ਇੱਕ ਵਾਰੀ ਸਿਰਫ ਤੁਸੀਂ ਭਰਾ ਹੱਥ ਚੱਕ ਕੇ, ਜਿੰਨੇ ਵਾਰ ਜਿੰਨੇ ਮੇਰੇ ਬੇਲੀ ਭਰਾ ਵੇਖਣ ਵਾਲੇ ਨੇ, ਮੇਰੇ ਚੈਨਲ ਨੂੰ ਵੇਖਣ ਵਾਲੇ ਨੇ, ਜਾਂ ਮੇਰੇ ਭਰਾ ਮੁਸਲਮਾਨ ਨੇ, ਅਗਰ ਕੋਈ ਮੁਸੀਬਤ ਦੇ ਵਿੱਚ, ਅੱਲਾਹ ਪਾਕ ਉਹਨਾਂ ਦੀ ਮੁਸੀਬਤ ਖਤਮ ਕਰੇ, ਤਾਂ ਦੁਆ ਚੱਕ ਕੇ ਤੇਰਾ ਹੀ ਆਖੋ, ਅੱਲਾਹ ਤਾਲਾ ਦੇ ਹਜ਼ੂਰ ਦੁਆ ਕਰੋ ਕਿ ਯਾ ਅੱਲਾਹ, ਜਿੱਥੇ ਜਿੱਥੇ ਕੋਈ ਮੁਸੀਬਤ ਅੱਲਾਹ ਕਰੇ। ਅਤੇ ਕਈ ਮੇਰੇ ਦੋਸਤ ਐਸੇ ਨੇ ਜਿਹੜੇ ਵਿਚਾਰੇ ਪਤਾ ਨਹੀਂ ਕਿੱਥੇ ਕਿੱਥੇ ਫਸੇ ਹੋਏ, ਅਤੇ ਉਹਨਾਂ ਵਾਸਤੇ
मैं आपके बेलियां दरखास्त करना कि उन्होंने वास्ते सारे वास्ते दुआ या अल्लाह पाक सारे या अल्लाह जिन्हें भी बेचारे जिथे जिथे कोई चीज रहने वास्ते आए ने वेचन वास्ते आए ने कोई मुसीबत ज्यादा ने अल्लाह पाक अपनी रहमत सदके उन्होंने मुसीबत अल्लाह पाक हल करे आमीन सुमा आमीन अल्लाह नबी पाक के सदके करके या अल्लाह सारे दियाँ नेक दिली हाजात जड़िया ने पूरी जड़िया बेचारे गैर मुल्कों के बंदे बैठे ने अपने देश छड़ के अपने गरीब बच्चे छड़ के या अल्लाह उन्होंने भी सुकून वाली जिंदगी अल्लाह आमीन सुमा आमीन जनाब बहुत मेहरबानी जनाब मेरे वीर की तो नंबर जरा दोबारा दस दे ताकि किसी ने जगह लैना है तो फिर वो तेरे ना फिर चंद रहा 0340 लै हूँ तू आपका नंबर दस 0340 80 82 388 लो जी इन प्यार मुहबत हो जाएगा जी कीमत हो हाँ जी लो जी हूँ तो हूँ तुम मैंने जी बखाओ की बखाओ जी की बखाऊ जे चेन मैं वेख्या घोड़ा माशाला कोरा घोड़ा सोना सोना माशाला किन्ने पैसे जी पीर 45,000 चल फिर प्यार मोहब्बत कर किन्ने पैसे चल दसेंगे तो फिर ही ते नसल केड़ी है काबली नहीं वलैती नहीं काबली काबली नसल नंबर नंबर है कहते बोल 0307 अपना इलाका अपना गुजरात वेखो जी तुम सौदा होंगे बखा मंडी के सौदा कि वीर जी कितनी उम्र है पूरा ते किन्ने पैसे किन्ने मांगते नंबर दे आपका इधर तो कि चलिया नंबर 0345 अच्छा 17-22-499 0345 17-22-499 ਤੇ ਨਾਂ ਕੀ ਆਪਣਾ ਨਾਂ ਸੁਭਾਜ ਤੇ ਇਲਾਕਾ ਕਿਹੜਾ ਇਲਾਕਾ ਵਰੀਆਮ ਵਾਲਾ ਜੰਗ ਵਰੀਆਮ ਵਾਲਾ ਜੰਗ ਇੱਕੋ ਹੀ ਕੋੜਾ ਲੋ ਜਨਾਬ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਐਂਡ ਸ਼ੇਅਰ ਜ਼ਰੂਰ ਕੀਜੀਏਗਾ ਨਈ ਵੀਡੀਓ 'ਚ ਇਨਸ਼ਾਅੱਲਾ ਫਿਰ ਮੁਲਾਕਾਤ ਹੋਵੇਗੀ ਅੱਲਾ ਹਾਫਿਜ਼।